ਬਿਲਕੁਲ ਨੌਜਵਾਨ ਉੱਥੇ ਹਮੀਰੇ ਦੇ ਵਿੱਚ ਕਾਫੀ ਸੀਗਾ, ਅਸੀਂ ਬਹੁਤ ਜ਼ੋਰ ਲਾਇਆ ਉੱਥੇ, ਹੁਣ ਵੀ ਸਾਡੇ ਉੱਥੇ ਵਧੀਆ ਆਪਣੇ ਮੁੰਡੇ ਸਾਰੇ ਡਿਊਟੀ ਲੱਗੀ ਹੋਈ ਆ, ਨੌਜਵਾਨਾਂ ਨੇ ਡਿਊਟੀ ਲਾਈ ਹੋਈ ਆ ਉੱਥੇ, ਜਿਹੜੇ ਬਾਹਰੋਂ ਕੋਈ ਗੱਡੀ ਆਉਂਦੀ ਆ ਅਸੀਂ ਉਹਦਾ ਨੰਬਰ ਨੋਟ ਕਰਦੇ ਹਾਂ, ਉਹਨੂੰ ਆਪਣੇ ਸੁਭਾਨਪੁਰ ਖਾਣਾ ਪੈਂਦਾ ਉੱਥੇ ਅਸੀਂ ਉਹਨੂੰ ਨੋਟ ਕਰਾਉਂਦੇ ਹਾਂ। ਵੈਸੇ ਤਾਂ ਆਪਣਾ ਪੂਰਾ ਚੱਲ ਰਿਹਾ ਆ ਵੀ ਜਿੱਦਾਂ ਰੋਕਣ ਲਈ ਮੁੰਡੇ ਪੂਰੇ ਉੱਥੇ ਆਪਣੇ ਗੰਦਗੀ ਨਾਲ ਕੰਮ ਕਰ ਰਹੇ ਆ, ਲੱਗੇ ਹੋਏ ਆ ਉੱਥੇ, ਅਤੇ ਅਸੀਂ ਪੂਰਾ ਆਪਣਾ ਜ਼ੋਰ ਲਾਵਾਂਗੇ ਇੱਕ ਮਾੜ ਤੱਕ ਇਹ ਚੀਜ਼ ਫਿਰ ਪਹੁੰਚਾਵਾਂਗੇ ਵੀ ਹਾਲੇ ਹੋਰ ਥੋੜ੍ਹੀ ਨੱਥ ਪੈਣੀ ਚਾਹੀਦੀ ਆ, ਬਾਕੀ ਅਸੀਂ ਪੂਰਾ ਲਾ ਰਹੇ ਹਾਂ। ਹਰਪਾਲ ਸਿੰਘ ਸੰਧੂ ਗੁਰੂ ਘਰ ਨਤਮਸਤਕ ਹੋਏ। ਹਲਕਾ ਪਲਾਤੋ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਦੇ ਉਮੀਦਵਾਰ ਹਰਪਾਲ ਸਿੰਘ ਸੰਧੂ ਨੇ ਅੱਜ ਚੋਣਾਂ ਤੋਂ ਪਹਿਲਾਂ ਗੁਰਦੁਆਰਾ ਬੌਲੀ ਸਾਹਿਬ ਨਡਾਲਾ ਵਿਖੇ ਨਤਮਸਤਕ ਹੋਏ ਅਤੇ ਗੁਰੂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਗੁਰਦੁਆਰਾ ਬੌਲੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਭਜਨ ਸਿੰਘ ਨੇ ਹਰਪਾਲ ਸਿੰਘ ਸੰਧੂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ 5 ਤਰੀਕ ਨੂੰ ਹੋਣ ਵਾਲੀ ਚੋਣਾਂ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਅਗਰ ਉਹ ਇਹ ਚੋਣਾਂ ਜਿੱਤਦੇ ਹਨ ਤਾਂ ਯੂਥ ਨੂੰ ਆਉਂਦੀਆਂ ਹਰ ਮੁਸ਼ਕਲਾਂ ਦੇ ਹੱਲ ਲਈ ਉਹ ਹਾਈਕਮਾਂਡ ਦੇ ਧਿਆਨ ਵਿੱਚ ਲਿਆਉਣਗੇ। ਇੱਥੇ ਦੱਸ ਦਈਏ ਕਿ 5 ਦਸੰਬਰ ਨੂੰ ਹਲਕਾ ਪਲੱਤ ਤੋਂ ਯੂਥ ਪ੍ਰਧਾਨ ਦੀ ਚੋਣ ਲਈ ਬੇਗਵਾਲ ਵਿਖੇ ਵੋਟਾਂ ਪਾਈਆਂ ਜਾਣਗੀਆਂ, ਜਿਸ ਵਿੱਚ ਹਰਪਾਲ ਸੰਧੂ ਦੇ ਮੁਕਾਬਲੇ ਪਲੱਤ ਤੋਂ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਬੇਟੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਚੋਣ ਮੈਦਾਨ ਵਿੱਚ ਹਨ, ਜੋ ਕਿ ਬੈਟ ਦੇ ਨਿਸ਼ਾਨ ਤੋਂ ਚੋਣ ਲੜਨਗੇ ਅਤੇ ਹਰਪਾਲ ਸਿੰਘ ਸੰਧੂ ਚੋਣ ਨਿਸ਼ਾਨ ਹਵਾਈ ਜਹਾਜ਼ ਤੋਂ ਚੋਣ ਲੜਨਗੇ। ਪੇਸ਼ ਹੈ ਮੇਰਾ ਪਿੰਡ ਨਡਾਲਾ ਤੋਂ ਰਘਵਿੰਦਰ ਸਿੰਘ ਦੀ ਰਿਪੋਰਟ। ਯੂਥ ਕਾਂਗਰਸ ਦੀ ਇਲੈਕਸ਼ਨ ਆ ਜੀ, ਅੱਜ ਗੁਰੂ ਮਹਾਰਾਜ ਦੇ ਆਏ ਹਾਂ ਆਸ਼ੀਰਵਾਦ ਲੈਣ, ਅਤੇ ਪਿੰਡੋ ਪਿੰਡ ਸਾਡਾ ਕੰਪੇਨ ਚੱਲ ਰਿਹਾ ਆ, ਅਤੇ ਯੂਥ ਦੀਆਂ ਜੋ ਵੀ ਪ੍ਰੋਬਲਮਸ ਆ ਤਾਂ ਆਪਣੀ ਹਾਈਕਮਾਂਡ ਤੱਕ ਅਸੀਂ ਜਾਣੂ ਕਰਾਵਾਂਗੇ ਉਹਨਾਂ ਨੂੰ, ਅਤੇ ਜੋ ਹਾਈਕਮਾਂਡ ਦੀਆਂ ਨੀਤੀਆਂ ਆ ਉਹਨਾਂ ਨੂੰ ਯੂਥ ਆਪਣੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਪ੍ਰਾਪਤ ਕਰਾਂਗੇ, ਅਤੇ ਬਾਕੀ ਜੋ ਕਾਲਜ ਦੇ ਵਿੱਚ ਆਪਣੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਯੂਥ ਨੂੰ ਕੋਈ ਪ੍ਰੋਬਲਮ ਆਉਂਦੀ ਉਹ ਹੱਲ ਕਰਾਵਾਂਗੇ। ਬਾਕੀ ਵਧੀਆ ਰਿਸਪੋਂਸ ਮਿਲ ਰਿਹਾ, ਬਾਕੀ ਜੋ ਮਹਾਰਾਜ ਦੀ ਮਰਜ਼ੀ ਵਧੀਆ ਹੋਊਗਾ ਸਭ ਕੁਛ। ਮੁਕਾਬਲੇ ਨੂੰ ਲੈ ਕੇ ਤੁਹਾਡੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ? ਮੁਕਾਬਲਾ ਦੇਖੋ ਹੈ ਤਾਂ ਪਾਰਟੀ ਜੀ, ਉਹ ਵੀ ਵਧੀਆ ਆਪਣਾ ਜ਼ੋਰ ਲਾ ਰਹੇ, ਅਸੀਂ ਆਪਣਾ ਲਾ ਰਹੇ ਹਾਂ। ਬਾਕੀ ਜੋ ਨੌਜਵਾਨ ਨੂੰ ਜਿਹੜਾ ਉਮੀਦਵਾਰ ਵਧੀਆ ਲੱਗਦਾ ਆ, ਜੋ ਵਧੀਆ ਕੰਮ ਕਰੂਗਾ, ਜੋ ਵਧੀਆ ਆਪਣੀਆਂ ਨੀਤੀਆਂ ਉਹਨਾਂ ਨੂੰ ਦਊਗਾ, ਉਹਦੇ ਹਿਸਾਬ ਨਾਲ ਨੌਜਵਾਨਾਂ ਨੂੰ ਵੋਟ ਪਾਉਣੀ ਆ। ਬਾਕੀ ਵਧੀਆ ਰਿਸਪੋਂਸ ਮਿਲ ਰਿਹਾ, ਕੋਈ ਗੱਲ ਨਹੀਂ। ਠੀਕ ਹੈ ਸਰ, ਆਪਣੇ ਅਗਰ ਜਿੱਤਦੇ ਹੋ ਤੁਸੀਂ ਇਲੈਕਸ਼ਨ 'ਚ ਤਾਂ ਨੌਜਵਾਨਾਂ ਵਾਸਤੇ ਖਾਸ ਕੀ ਲੈ ਕੇ? ਨੌਜਵਾਨਾਂ ਵਾਲੀ ਦੇਖੋ, ਜੋ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਕਿਸੇ ਤਰ੍ਹਾਂ ਦੀ ਵੀ ਆਉਂਦੀ ਆ, ਅਸੀਂ ਆਪਣੇ ਹਾਈਕਮਾਂਡ ਤੋਂ ਹੱਲ ਕਰਾਵਾਂਗੇ। ਕੋਈ ਅਨਇੰਪਲੋਇਮੈਂਟ ਬਹੁਤ ਹੈ ਇੱਥੇ, ਆਪਣੇ ਜੋਬਸ ਵਾਸਤੇ ਨੌਜਵਾਨਾਂ ਵਾਸਤੇ ਜੋਬ ਦਾ ਹੱਲ ਕਰਾਵਾਂਗੇ, ਵੀ ਵੱਧ ਤੋਂ ਵੱਧ ਉਹਨਾਂ ਨੂੰ ਜੋਬ ਦਵਾਵਾਂਗੇ। ਸਕੋਲਰਸ਼ਿਪ ਦਾ ਕਰਾਂਗੇ ਅਸੀਂ, ਸਕੋਲਰਸ਼ਿਪ ਜਿਹੜਾ ਕਾਲਜਸ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਉਹਦਾ ਹੱਲ ਕਰਾਂਗੇ। ਚੋਣ ਲੜਨ ਦਾ ਰੁਝਾਨ ਕਿਵੇਂ ਪੈਦਾ ਹੋਇਆ? ਦੇਖੋ, ਮੇਰਾ ਪਰਿਵਾਰ ਪਿਛਲੇ 25-30 ਸਾਲਾਂ ਤੋਂ ਕਾਂਗਰਸ ਦੇ ਨਾਲ ਆ। ਮੇਰੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਆ, ਮੇਰੇ ਮਦਰ ਚੇਅਰਪਰਸਨ ਨੇ ਬਲਾਕ ਸਮਿਤੀ ਦੇ, ਅਤੇ ਬਸ ਸ਼ੁਰੂ ਤੋਂ ਜਿੱਦਾਂ ਕਹਿ ਸਕਦੇ ਹਾਂ ਖੂਨ 'ਚ, ਘਰ ਦੇ ਵਿੱਚ ਮਾਹੌਲ ਇੱਦਾਂ ਦਾ ਆ, ਉਹਦੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਆ, ਅਤੇ ਪੂਰੇ ਤਹਿ ਦਿਲੋਂ ਆਪਣੀ ਸੇਵਾ ਕਰਾਂਗੇ। ਬਸ ਗੱਲ ਕਰੀਏ ਨਸ਼ਿਆਂ ਦੀ, ਨਸ਼ਿਆਂ ਦਾ ਨੌਜਵਾਨਾਂ 'ਚ ਬੜਾ ਰੁਝਾਨ ਹੈ,
ਅਤੇ ਤੁਸੀਂ ਹਮੀਰੇ ਤੋਂ ਬਿਲੋਂਗ ਕਰਦੇ ਹੋ ਅਤੇ ਜਿਹੜਾ ਹਮੀਰਾ ਉਹ ਵੀ ਨਸ਼ਿਆਂ ਦਾ ਇੱਕ ਗੜ ਮੰਨਿਆ ਜਾ ਰਿਹਾ, ਅਗਰ ਤੁਸੀਂ ਇਸ ਵਾਸਤੇ ਅੱਗੇ ਕੀ ਕਰਨਾ ਚਾਹੋਗੇ? ਬਿਲਕੁਲ, ਨੌਜਵਾਨ ਉੱਥੇ ਹਮੀਰੇ ਦੇ ਵਿੱਚ ਕਾਫੀ ਸੀਗਾ, ਅਸੀਂ ਬਹੁਤ ਜ਼ੋਰ ਲਾਇਆ ਉੱਥੇ, ਹੁਣ ਵੀ ਸਾਡੇ ਉੱਥੇ ਵਧੀਆ ਆਪਣੇ ਮੁੰਡੇ ਸਾਰੇ ਡਿਊਟੀ ਲੱਗੀ ਹੋਈ ਆ, ਨੌਜਵਾਨਾਂ ਨੇ ਡਿਊਟੀ ਲਾਈ ਹੋਈ ਆ, ਉੱਥੇ ਜਿਹੜੇ ਬਾਹਰੋਂ ਕੋਈ ਗੱਡੀ ਆਉਂਦੀ ਆ ਅਸੀਂ ਉਹਦਾ ਨੰਬਰ ਨੋਟ ਕਰਦੇ ਹਾਂ, ਉਹਨੂੰ ਆਪਣੇ ਸੁਭਾਨਪੁਰ ਥਾਣਾ ਪੈਂਦਾ ਉੱਥੇ ਅਸੀਂ ਉਹਨੂੰ ਨੋਟ ਕਰਾਉਂਦੇ ਹਾਂ ਕਿ ਵੈਸੇ ਤਾਂ ਆਪਣਾ ਪੂਰਾ ਚੱਲ ਰਿਹਾ ਆ ਵੀ ਜਿੱਦਾਂ ਰੋਕਣ ਲਈ ਮੁੰਡੇ ਪੂਰੇ ਉੱਥੇ ਆਪਣੇ ਤਨਦੇਹੀ ਨਾਲ ਕੰਮ ਕਰ ਰਹੇ ਆ, ਲੱਗੇ ਹੋਏ ਆ ਉੱਥੇ ਉਹ, ਅਤੇ ਅਸੀਂ ਪੂਰਾ ਆਪਣਾ ਜ਼ੋਰ ਲਾਵਾਂਗੇ ਹਾਈ ਕਮਾਂਡ ਤੱਕ ਇਹ ਚੀਜ਼ ਫਿਰ ਪਹੁੰਚਾਵਾਂਗੇ ਵੀ ਹਾਲੇ ਹੋਰ ਥੋੜ੍ਹੀ ਨੱਥ ਪੈਣੀ ਚਾਹੀਦੀ ਆ, ਅਤੇ ਬਾਕੀ ਅਸੀਂ ਪੂਰਾ ਲਾ ਰਹੇ ਹਾਂ ਜ਼ੋਰ ਕੋਈ ਨਾ। ਚੋਣਾਂ ਸੰਬੰਧੀ ਨੌਜਵਾਨਾਂ ਨੂੰ ਸੰਦੇਸ਼ ਇਹੋ ਦੇਣਾ ਚਾਹ ਰਹੇ ਹਾਂ ਵੀ ਜਿਹੜਾ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਆ, ਦੇਖੋ ਵੀ ਆਪਣਾ ਪਾਰਟੀ ਦੀ ਦੇਣ ਆ, ਅਤੇ ਅਸੀਂ ਚੰਗੇ ਕੰਮ ਕਰਾਂਗੇ, ਵਧੀਆ ਕੰਮ ਕਰਾਂਗੇ, ਨੀਤੀਆਂ ਵਧੀਆ ਲੈ ਕੇ ਆਵਾਂਗੇ ਹਾਈਕਮਾਂਡ ਕੋਲੋਂ, ਅਤੇ ਨੌਜਵਾਨਾਂ ਵਾਸਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਪੋਰਟ ਕਰਾਂਗੇ, ਉਹਨਾਂ ਲਈ ਸਕੋਲਰਸ਼ਿਪ, ਉਹਨਾਂ ਲਈ ਕੋਈ ਪਿੰਡ 'ਚ ਜਿੰਮ ਵਗੈਰਾ ਕੁਛ ਵੀ ਲੋੜ ਆ, ਉਹਨਾਂ ਸਪੋਰਟਸ ਵਾਸਤੇ ਸਪੋਰਟਸ ਵਾਸਤੇ ਕੁਛ ਨਾ ਕੁਛ ਜ਼ਰੂਰ ਲੈ ਕੇ ਆਵਾਂਗੇ ਅਸੀਂ। ਕਿਸ ਚੋਣ ਨਿਸ਼ਾਨ ਤੋਂ ਚੋਣ ਲੜ ਰਹੇ ਹੋ? ਸਾਡਾ ਚੋਣ ਨਿਸ਼ਾਨ ਹਵਾਈ ਜਹਾਜ਼ ਹੈ ਜੀ, 5 ਤਰੀਕ ਦਿਨ ਵੀਰਵਾਰ, ਬੇਗੋਵਾਲ GS ਪਲਾਜ਼ਾ ਨਡਾਲਾ ਰੋਡ, ਅਤੇ ਨੌਜਵਾਨ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਸਪੋਰਟ ਕਰੋ, ਅਤੇ ਚੋਣ ਨਿਸ਼ਾਨ ਹਵਾਈ ਜਹਾਜ਼। ਥੈਂਕ ਯੂ।